ਸਿੱਖ ਕੌਮ ਹਮੇਸ਼ਾ ਹੀ ਆਪਣੀ ਇਮਾਨਦਾਰੀ ਅਤੇ ਬਹਾਦਰੀ ਲਈ ਜਾਣੀ ਜਾਂਦੀ ਹੈ ਅਜਿਹੇ ਹੀ ਇੱਕ ਸਿੱਖ ਦੀ ਕਹਾਣੀ ਅੱਜ ਮੈਂ ਤੁਹਾਡੇ ਰੂਬਰੂ ਕਰਨ ਜਾ ਰਹੀ ਹਾਂ ਗੱਲ ਹੈ 13 ਨਵੰਬਰ 1999 ਦੀ ਜਦੋਂ ਇੱਕ ਕੋਲੇ ਦੀ ਖਾਦਾਨ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੇ ਇੱਕ ਤੋਂ ਬਾਅਦ ਇੱਕ ਕਈ ਤਮਾਕੇ ਕੀਤੇ ਅਤੇ ਜਿਸ ਕਾਰਨ ਉਸ ਖਦਾਨ ਦਾ ਟਾਂਚਾ ਹਿੱਲ ਗਿਆ ਅਤੇ ਜਿੱਥੇ ਮਜ਼ਦੂਰ ਕੰਮ ਕਰ ਰਹੇ ਸੀ ਉਸ ਦੇ ਨਾਲ ਵਾਲੀ ਜ਼ਮੀਨ ਦੇ ਨਾਲ ਲੱਗਦੀ ਕੰਦ ਫਟ ਗਈ ਦਰਾੜ ਆਣ ਕਾਰਨ ਉੱਥੇ ਹੜ ਆ ਗਿਆ ਜਿਸ ਕਾਰਨ 6 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 65 ਮਜ਼ਦੂਰ ਉਸ ਕੋਲੇ ਦੀ ਖਦਾਨ ਦੇ ਵਿੱਚ ਫਸ ਗਏ ਤੇ ਪਾਣੀ ਦਾ ਲੈਵਲ ਜ਼ਬਰਦਸਤ ਅੱਗੇ ਵਧਦਾ ਜਾ ਰਿਹਾ ਸੀ ਤੇ ਉਹਨਾਂ ਦੀ ਜਾਨ ਬੜੀ ਮੁਸ਼ਕਲ ਦੇ ਨਾਲ ਬਚਾਈ ਗਈ ਤੁਹਾਨੂੰ ਦੱਸ ਦਵਾਂ ਕਿ ਉਹਨਾਂ ਦੀ ਜਾਨ ਬਚਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਸਰਦਾਰ ਜਸਵੰਤ ਸਿੰਘ ਗਿੱਲ ਸੀ ਜੋ ਕਿ ਇੱਕ ਬਹਾਦਰ ਅਤੇ ਨੌਜਵਾਨ ਇੰਜੀਨੀਅਰ ਸੀ ਜਿਨ੍ਹਾਂ ਨੇ 6 ਫੁੱਟ ਉੱਚਾ ਇੱਕ ਕੈਪਸੂਲ ਤਿਆਰ ਕੀਤਾ ਜਿਸ ਦਾ ਡਾਇਆਮੀਟਰ 1 ਇੰਚ ਦਾ ਸੀ ਇਸ ਕੈਪਸੂਲ ਨੂੰ ਹੇਠਾਂ ਉਤਾਰਿਆ ਗਿਆ ਅਤੇ 65 ਮਜ਼ਦੂਰਾਂ ਨੂੰ ਇੱਕ ਇੱਕ ਕਰਕੇ ਬਾਹਰ ਕੱਢਿਆ ਗਿਆ ਤੇ ਉਹਨਾਂ ਦੀ ਜਾਨ ਬਚਾ ਲਈਤੀ ਗਈ ਤੁਹਾਨੂੰ ਦੱਸ ਦਈਏ ਕਿ ਸਰਦਾਰ ਜਸਵੰਤ ਸਿੰਘ ਗਿੱਲ ਨੂੰ ਉਹਨਾਂ ਦੀ ਇਸ ਬਹਾਦਰੀ ਦੇ ਲਈ ਪੁਰਸਕਾਰ ਦੇ ਨਾਲ ਨਵਾਜ਼ਿਆ ਗਿਆ ਉਹਨਾਂ ਨੂੰ ਰਾਸ਼ਟਰੀ ਪੁਰਸਕਾਰ ਦੇ ਨਾਲ ਨਵਾਜ਼ਿਆ ਗਿਆ ਤੇ ਇਸ ਪੂਰੇ ਰੈਸਕਿਊ ਆਪਰੇਸ਼ਨ ਦੇ ਵਿੱਚ 6 ਘੰਟੇ ਦਾ ਸਮਾਂ ਲੱਗਾ ਤੇ ਉੱਥੇ ਹੀ ਹਰ ਸਾਲ ਕੋਇਲ ਇੰਡੀਆ ਵੱਲੋਂ 16 ਨਵੰਬਰ ਨੂੰ ਜਸਵੰਤ ਸਿੰਘ ਗਿੱਲ ਦੀ ਯਾਦ ਦੇ ਵਿੱਚ ਉਹਨਾਂ ਦੇ ਸਨਮਾਨ ਦੇ ਵਿੱਚ ਇਹ ਦਿਨ ਰੈਸਕਿਊ ਡੇ ਦੇ ਨਾਮ ਦੇ ਨਾਲ ਮਨਾਇਆ ਜਾਂਦਾ ਹੈ